ਪੰਜਾਬ ਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਐਕਸ਼ਨ ਦੇ ਵਿੱਚ ਆ ਗਈ ਹੈ ਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਦੇਰ ਰਾਤ ਅੰਮ੍ਰਿਤਸਰ ਦੇ ਮੁੱਖ ਐਂਟਰੀ ਪੁਆਇੰਟ ਇੰਡੀਆ ਗੇਟ ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਇਸ ਮੌਕੇ ਪਾਰੀ ਪੁਲਿਸ ਬਲਾਂ ਦੇ ਨਾਲ ਜੋ ਸਪੈਸ਼ਲ ਫੋਰਸ ਦੇ ਮੁਲਾਜ਼ਮ ਵੀ ਤਾਇਨਾਤ ਸੇ ਦੱਸਿਆ ਕਿ ਮੌਕੇ ਤੇ 48 ਸਰ ਹਾਤੋਂ ਅੰਮ੍ਰਿਤਸਰ ਵਾਲੋਂ ਉਨਫਾੜੇ ਹਰੇਕ ਵਾਹਨ ਦੇ ਬਾਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਵਾਰਨਾ ਦੇ ਵਿੱਚ ਮੌਜੂਦ ਲੋਕਾਂ ਦੇ ਪਛਾਣ ਪੱਤਰ ਵੀ ਚੈੱਕ ਕੀਤੇ ਜਾ ਰਹੇ ਨੇ ਦੱਸਨ ਯੋਗ ਹੈ ਕਿ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਬਾਹ ਬਾਹਰੀ اٹਾਰੀ ਨੇੜੇ ਪਿੰਡ ਤਨੋਈ ਕਲਾ ਦੇ ਵਿੱਚ ਕਰੀਬ 5 ਕਿਲੋ ਆਈਡੀ ਵਿਸਫੋਟਕ ਸਮਗਰੀ ਆ ਜੋ ਮਿਲੀ ਸੀ ਜਿਸ ਕਰਕੇ ਇਹ ਚੈਕਿੰਗ ਮੁਹਿੰਮ ਜਾਰੀ ਹੈ 2022 ਦੀ ਵਿਧਾਨ ਸਭਾ ਨੂੰ ਲੈ ਕੇ ਪੰਜਾਬ ਪੁਲਿਸ ਨੇ ਮੋਰਚਾ ਸੰਭਾਲ ਲਿੱਤਾ ਤੇ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਦੇ ਵਿੱਚ ਜਿਹੜਾ ਹੈ ਲਗਾਤਾਰ ਹਲਚਲ ਦਿਖਾਈ ਦੇ ਰਹੀ ਹੈ ਚੌਂਗ ਚਰਾਹਾਂ ਦੇ ਵਿੱਚ ਜਿਹੜਾ ਹੈ ਨਾਕਾਬੰਦੀ ਤੇਜ਼ ਕਰ ਦਿੱਤੀ ਗਈ ਹੈ ਤੇ ਹਰ ਚੌਂਗ ਚਰਾਹੇ ਦੇ ਉੱਤੇ 11 RP ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਅਸੀਂ ਸਮੇਂ ਮੌਜੂਦ ਹਾਂ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਦੇ ਮੇਨ ਇੰਟਰਸ ਪੁਆਇੰਟ ਤੇ ਇੰਡੀਆ ਗੇਟ ਤੇ ਜਿਹੜਾ ਕਿ ਸਰਹੱਦੀ ਇਲਾਕੇ ਦੇ ਨਾਲ ਜੁੜਿਆ ਹੋਇਆ ਤੇ ਅੰਮ੍ਰਿਤਸਰ ਸ਼ਹਿਰ ਨੂੰ ਜਾਣ ਵਾਲਾ ਮੁੱਖ ਦੁਆਰ ਹੈ ਤੇ ਅੱਜ ਦੇ ਨਹੀਂ ਅੰਮ੍ਰਿਤਸਰ ਦੇ ਡੀਐਕਸ ਤੇ ਨਸ਼ੀਲੇ ਪਦਾਰਥ ਪਾਏ ਗਏ ਜਿਸ ਤੋਂ ਬਾਅਦ ਹੁਣ ਜਿਹੜੀ ਸਖਤਾਈ ਜਿਹੜੀ ਹੈ ਚੌਕਸੀ ਜਿਹੜੀ ਹੈ ਪੁਲਿਸ ਵੱਲੋਂ ਜਿਹੜੀ ਹੈ ਹੋਰ ਕਰ ਦਿੱਤੀ ਗਈ ਤੇਜ਼ ਕਰ ਦਿੱਤੀ ਗਈ ਹੈ ਤੇ ਵਾਹਨਾਂ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਸਰਚ ਅਭਿਆਨ ਜਿਹੜਾ ਹੈ ਉਹ ਪੁਲਿਸ ਵੱਲੋਂ ਛੇੜ ਦਿੱਤਾ ਗਿਆ ਤੇ ਹਰ ਚੌਂਕ ਚਰਾਹੇ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਨਾਕਾਬੰਦੀ ਕਰਦੇ ਹੋਏ ਹਰ ਵਾਹਨ ਨੂੰ ਜਿਹੜਾ ਚੈੱਕ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਜਿਹੜੇ ਇੰਡੀਆ ਗੇਟ ਦੀਆਂ ਤਸਵੀਰਾਂ ਨੇ ਜਿਹੜੀ ਕਿ ਸਰਹੱਦੀ ਇਲਾਕਾ ਟਾਰੀ ਨੂੰ ਜਾਣ ਵਾਲਾ ਮੁੱਖ ਦੁਆਰ ਹੈ ਤੇ ਅੰਮ੍ਰਿਤਸਰ ਸ਼ਹਿਰ ਨੂੰ ਐਂਟਰ सीआरपीएफ दी मदद ਦੇ ਨਾਲ ਜਿਹੜਾ ਇੱਥੇ ਨਾਕਾਬੰਦੀ ਜਿਹੜੀ ਤੇਜ਼ ਕੀਤੀ ਗਈ ਔਰ 24 ਘੰਟੇ ਦਾ ਇਹ ਨਾਕਾ ਲਗਾਇਆ ਗਿਆ ਤੇ ਹਰ ਵਾਹਨ ਦੀ ਜਿਹੜੀ ਹੈ ਉਹ ਚੈਕਿੰਗ ਕਰਦੇ ਹੋਏ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਨਜ਼ਰ ਆ ਰਹੇ ਨੇ ਜਿਸ ਢੰਗ ਦੇ ਨਾਲ ਚੌਨ ਕਮਿਸ਼ਨ ਵੱਲੋਂ ਹਦਾਇਤਾਂ ਦਿੱਤੀਆਂ ਗਿਆ ਸੀ ਕਿ ਜਿਹੜੇ ਨੇ ਨਸ਼ੀਲੇ ਪਦਾਰਥ ਦੇ ਉੱਤੇ ਜਿਹੜੀ ਹੈ ਉਹਦੀ ਪਾਬੰਦੀ ਲਗਾ ਦਿੱਤੀ ਗਈ ਸੀ ਤੇ ਨਾਲ ਹੀ ਜਿਹੜੇ ਅਸਲਾ ਜਿਹੜਾ ਇਹ ਉਹ ਜਮ੍ਹਾਂ ਕਰਵਾਉਣ ਦੇ ਲਈ ਜਿਹੜਾ ਸੀਗਾ ਉਹ ਹਦਾਇਤ ਕਰ ਦਿੱਤੀ ਗਈ ਸੀ ਕਿ ਕੋਈ ਵੀ ਵਿਅਕਤੀ ਆਪਣੇ ਘਰ ਅਸਲਾ ਨਹੀਂ ਰੱਖ ਸਕਦਾ ਤੇ ਨਸ਼ੀਲਾ ਪਦਾਰਥ ਜਿਹੜਾ ਲਜਾਨ ਦੇ ਵਿੱਚ ਜਿਹੜੀ ਹੈ ਉੱਤੇ ਪਾਬੰਦੀ ਲਗਾ ਦਿੱਤੀ ਗਈ ਤੇ ਨਾਲ ਹੀ ਕੈਸ਼ ਜਿਹ ਾਂ ਦੇ ਵਿੱਚ ਪਾਬੰਦੀ ਸੀ ਕਿ ਤੇ ਹੁਣ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਜਾਂਚ ਕਰਦੇ ਹੋਏ ਨਜ਼ਰ ਆ ਰਹੇ ਨੇ ਬੈਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇੱਕ ਇੱਕ ਗੱਡੀ ਦੀ ਜਿਹੜੀ ਡਿੱਕੀ ਹੈ ਉਸ ਦੀ ਜਿਹੜੀ ਜਾਂਚ ਹੈ ਕੀਤੀ ਜਾ ਰਹੀ ਹੈ ਇੱਕ ਇੱਕ ਬੈਗ ਦੀ ਜਿਹੜੀ ਤਲਾਸ਼ੀ ਹੈ ਉਹ ਲਈਤੀ ਜਾ ਰਹੀ ਹੈ ਔਰ ਚੌਨ ਕਮਿਸ਼ਨਰ ਵੱਲੋਂ ਦਿੱਤੀ ਗਈ ਹੈ ਜਿਹੜੀ ਆ ਹਦਾਇਤਾਂ ਸੀ ਉਹਦੀਆਂ ਪਾਲਣਾ ਕਰਦੇ ਹੋਏ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਸਰਚ ਅਭਿਆਨ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਡੀਜੀਪੀ ਦਿਨਕਰ ਪੰਜਾਬ ਦੇ ਡੀਜੀਪੀ ਵੱਲੋਂ ਜਿਹੜਾ ਹੈ ਇਹ ਅਭਿਆਨ ਜਿਹੜੇ ਦੇ ਛੇੜ ਦਿੱਤੇ ਗਏ ਨੇ ਤੇ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਮੁੱਖ ਦਵਾਰ ਨੇ ਉਥੇ ਨਾਕਾਬ ਹਰ ਹੀ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਜਾਂਚ ਕਰਦੇ ਹੋਏ ਨਜ਼ਰਾਰੇ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਵਾਹਨ ਦੀ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ ਜਿਹੜਾ ਵੀ ਸ਼ੱਕੀ ਵਿਅਕਤੀ ਪਾਇਆ ਜਾਂਦਾ ਹੈ ਉਸ ਨੂੰ ਹਿਰਾਸਤ ਚ ਲੈ ਕੇ ਉਹਦੀ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਆ ਉਹ ਲਈਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਉਸ ਵਿਅਕਤੀ ਨੂੰ ਛੱਡਿਆ ਜਾ ਰਿਹਾ ਔਰ ਲਗਾਤਾਰ ਹੀ ਇਹ ਸਿਸਟਮ ਜਿਹੜਾ 24 ਘੰਟੇ ਲਗਾਤਾਰ ਇਸੇ ਤਰ੍ਹਾਂ ਹੀ ਇੱਥੇ ਜਿਹੜਾ ਚੱਲਦਾ ਰਹਿ ਰਿਹਾ ਜਿਸ ਤੰਗ ਦੇ ਨਾਲ ਪੁਲਿਸ ਅਧਿਕਾਰੀ ਜਿਹੜੇ ਨੇ ਇੱਕ ਇੱਕ ਵਿਅਕਤੀ ਦੇ ਨਾਲ ਪੁਸ਼ਟੀਸ਼ ਕਰ ਰਹੇ ਨੇ ਤੇ ਤਲਾਸ਼ੀ ਲੈ ਰਹੇ ਨੇ ਜਿਹੜਾ ਵੀ ਸ਼ੱਕੀ ਵਿਅਕਤੀ ਜਿਹੜਾ ਹੈ ਪਾਇਆ ਐਸਐਚਓ ਸ਼ਿਆਟਾ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਇਹ ਸਰਚ અભિયાન ਜਿਹੜਾ ਹੈ ਇੱਥੇ ਛੇੜਿਆ ਗਿਆ ਤੇ ਲਗਾਤਾਰ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਜਾਂਚ ਕਰਦੇ ਹੋਏ ਨਜ਼ਰ ਆ ਰਹੇ ਨੇ ਸਰਚ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂਕਿ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰੱਖਿਆ ਹੈ ਉਸ ਨੂੰ ਯਕੀਨੀ ਬਣਾਇਆ ਜਾ ਸਕੇ ਦੇ ਪੁਲਿਸ ਦੇ ਅਧਿਕਾਰੀ ਜਿਹੜੇ ਨੇ 24 ਘੰਟੇ ਜਿਹੜੇ ਨੇ ਇੱਥੇ ਨਾਕਾਬੰਦੀ ਕਰਦੇ ਹੋਏ ਜਾਂਚ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂਕਿ ਇਹ ਜਿਹੜੇ ਪੰਜਾਬ ਦੇ ਵਿੱਚ ਵਿਧਾਨ ਸਭਾ ਜਿਹੜੇ ਚੋਣਾ ਹੈ ਉਸ ਨੂੰ ਅਮਨ ਆਮਾਨ ਦੇ ਨਾਲ ਜਿਹੜਾ ਮੁਕੰਮਲ ਕਰ ਦਿੱਤਾ ਜਾਵੇ ਤੇ ਹੁਣ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦਾ ਗੱਲ ਜੀ ਜੀ ਜੋ ਸਰਚ ਬਿਹਾਨ ਜਿਹੜਾ ਇੱਥੇ ਕੀਤਾ ਜਾ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਤਫਰੀ ਜਿਹੜੀ ਵਧਾਈ ਗਈ ਤੇ ਕਿਸ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਹਰ ਵਾਹਨ ਦੀ ਚੈਕਿੰਗ ਕਰਦੇ ਹੋਏ ਪੁਲਿਸ ਅਧਿਕਾਰੀ ਦਿਖਾਈ ਦੇ ਰਹੇ ਨੇ ਇਹ ਮਾਨਯੋਗ ਸੀਪੀ ਸਾਹਿਬ ਡਾਕਟਰ ਸੁਖਚੈਨ ਸਿੰਘ ਗਿੱਲ ਜਿਨ੍ਹਾਂ ਦੀ ਹਦਾਇਤਾਂ ਅਨੁਸਾਰ ਜੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਨਾਕਾ ਜਿਹੜਾ ਹੈ ਬਹੁਤ ਸਟ੍ਰਿਕਟ ਲਗਾਇਆ ਹੋਇਆ ਹੈ ਇਦੇ ਵਿੱਚ ਪਹਿਲਾਂ ਸਾਡੀ ਜਿਹੜੀ ਪੰਜਾਬ ਪੁਲਿਸ ਦੀ ਆਪਣੀ ਟੀਮ ਇਹ ਨਾਕਾ ਲਾਉਂਦੀ ਸੀਗੀ ਹੁਣ ਸਾਡੇ ਦੇ ਸਾਡੇ ਨਾਲ ਦਿਨ ਰਾਤ ਸ਼ਿਫਟਾਂ ਦੇ ਵਿੱਚ ਸੀਆਰਪੀਐਫ ਦੇ ਜਵਾਰਮੀ ਤਾਇਨਾਤ ਨੇ ਉਹਨਾਂ ਦੇ ਸੀਨੀਅਰ ਅਧਿਕਾਰੀ ਵੀ ਸਾਡੇ ਨਾਲ ਨਾਕੇ ਦੇ ਉੱਤੇ ਜਿਹੜੇ ਆ ਉਹ ਸਟੈਂਡ ਕਰਦੇ ਨੇ ਆਪਾਂ ਨਾਕਾ ਜਿਹੜਾ ਇਹ ਬਾਹਰੋਂ ਸਰਦੀ ਇਲਾਕਾ ਹੋਣ ਕਰਕੇ ਸ਼ਹਿਰ ਦੇ ਵਿੱਚ ਕੋਈ ਬਾਹਰੋਂ ਐਂਟਰੀ ਨਾ ਕਰੇ ਕੋਈ ਉਹ ਜਿਆ ਅਨਸਰ ਐਂਟਰੀ ਕਰਕੇ ਸ਼ਹਿਰ ਦੇ ਵਿੱਚ ਕੋਈ ਮਾੜੀ ਘਟਨਾ ਨੂੰ ਇਲਜ਼ਾਮ ਨਾ ਦੇ ਸਕੇ ਆਪਾਂ ਹਰੇਕ ਨੂੰ ਵਾਹਨ ਨੂੰ ਬ੍ਰੀਕੀ ਦੇ ਨਾਲ ਚੈੱਕ ਕਰ ਰਹੇ ਹਾਂ ਜਿਹਦੇ ਤੇ ਸਾਨੂੰ ਸ਼ੱਕ ਲੱਗਦਾ ਹੈ ਕਿ ਹਾਂ ਇਹਦੇ ਵਿੱਚ ਕੁਝ ਹੋ ਸਕਦਾ ਹੈ ਉਹਨੂੰ ਤੇ ਅਸੀਂ ਬਹੁਤ ਜ਼ਿਆਦਾ ਹੀ ਬ੍ਰੀਕੀ ਦੇ ਨਾਲ ਲੇਕਿਨ ਕੋਈ ਵੀ ਜਿਹੜਾ ਅਜੇ ਅਜੇ ਤੱਕ ਆਪਾਂ ਨੂੰ ਕੋਈ ਇਹੋ ਜਿਹਾ ਜੇ ਕਰਦਾ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਕਰੀਬਨ ਪੱਤੇ ਪੱਤੇ ਤੇ ਜਿਹੜਾ ਮਤਲਬ ਉਹਨੂੰ ਛਾਣ ਰਹੇ ਆ ਜੀ ਜੀ ਕੁਝ ਦਿਨ ਪਹਿਲੇ ਇਸੇ ਹੀ ਜਗ੍ਹਾ ਦੇ ਉੱਤੇ ਇੱਕ ਜਿਹੜਾ ਅਸਲਾ ਸੀਗਾ ਉਹ ਪਾਇਆ ਗਿਆ ਸੀਗਾ ਕਿ ਉਹਦੇ ਕਹਿੰਦੇ ਮੁਤਾਬਿਕ ਸੀ ਉਹ ਬਾਹਰ ਸੀਗਾ ਤੇ ਉਸ ਨੂੰ ਲੇੜ ਸੂਚਨਾ ਮਿਲੀ ਤੇ ਉਹ ਵਾਪਸ ਆਇਆ ਤੇ ਹੁਣ ਅਸਲਾ ਜਮ੍ਹਾਂ ਕਰਾਉਣ ਦੇ ਲਈ ਜਾ ਰਿਹਾ ਸੀ ਕੋਈ ਐਸੇ ਵਿਅਕਤੀ ਵੀ ਨੇ ਜਿਨ੍ਹਾਂ ਨੇ ਹਲੇ ਤੱਕ ਅਸਲਾ ਜਮ੍ਹਾਂ ਨਹੀਂ ਕਰਾਇਆ ਕਿਉਂਕਿ ਚੌਨ ਕਮਿਸ਼ਨ ਦੇ ਵੱਲੋਂ ਜਿਹੜਾ ਸਾਫ਼ ਕੀਤਾ ਗਿਆ ਹੈ ਕਿ ਕੋਈ ਵੀ ਜਿਹੜਾ ਆਪਣੇ ਘਰ ਦੇ ਵਿੱਚ ਅਸਲਾ ਨਹੀਂ ਰੱਖ ਸਕਦਾ ਨਸ਼ੀਲਾ ਪਦਾਰਥ ਨਹੀਂ ਰੱਖ ਸਕਦਾ ਤੇ ਕੈਸ਼ ਲਿਜਾਂਤੇ ਵੀ ਪਾਬੰਦੀ ਜੜੀਆਂ ਲਗਾਈ ਗਈ ਹੈ ਐਕਚੁਅਲੀ ਉਹ ਬਾਹਰ ਦਾ ਸੀਗਾ ਖਾਸੇ ਦਾ ਬੰਦਾ ਸੀ ਕੋਈ ਉਹਨੂੰ ਅਸੀਂ ਬਰੀਕੀ ਨਾਲ ਚੈੱਕ ਕੀਤਾ ਉਹ ਅਸਲਾ ਗਨ ਹੈ ਉਸ ਤੇ ਜਿਹੜਾ ਅਸਲਾ ਜਮਾ ਕਰਵਾਉਣ ਜਾ ਰਿਹਾ ਸੀ ਉਹਦਾ ਲਾਇਸੈਂਸ ਚੈੱਕ ਕੀਤਾ ਆ ਉਹ ਅਸੀਂ ਉਹਦਾ ਜੈਨੂਨ ਉੱਥੇ ਪਿੱਛੇ ਐਸਐਚਓ ਸਾਹਿਬ ਨਾਲ ਵੀ ਕਨਸਰਨ ਕੀਤਾ ਉਹ ਜੈਨੂਨ ਸੀਗਾ ਅਸਲਾ ਜੀ ਸਾਡਾ ਕੋਈ 1 2 4% ਜਿਹੜੇ ਕੋਈ ਬੰਦੇ ਪਹਿਲਾਂ ਵੇਰ ਨਹੀਂ ਸੀ ਉਹਨਾਂ ਦਾ ਹੋਣ ਵਾਲਾ ਵੀ ਰਹਿੰਦਾ ਜਦੋਂ ਸਾਨੂੰ 100% ਅਸਲਾ ਜਿਹੜਾ ਆ ਉਹ ਮਤਲਬ ਬਿਲਕੁਲ ਸਾਡਾ ਜਮਾ ਕਰਕੇ ਜਿਹੜਾ ਤੋਂ ਕੌਣ ਕਮਿਸ਼ਨ ਦੀ ਹਦਾਇਤ ਆਊਗੀ ਉਸ ਤੋਂ ਬਾਅਦ ਅਪਰ ਰਜਿਸਟ੍ਰੇਸ਼ਨ ਕਰਵਾਇਆ ਸਰਦਜੀ ਇਹ ਸਰਹੱਦੀ ਇਲਾਕਾ ਹੈ ਆਏ ਦਿਨ ਇੱਥੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਪਾਕਿਸਤਾਨ ਦੇ ਨਾਲ ਜਿਹੜੀ ਜੁੜਦੀ ਸਰਹੱਦਾ ਉੱਤੇ ਕਈ ਤਰ੍ਹਾਂ ਦੇ ਗੁਸਪੈਟ ਹੁੰਦੀ ਆ ਨਸ਼ੀਲੇ ਪਦਾਰਥ ਪਾਏ ਜਾਂਦੇ ਨੇ ਵਸਪੋਟਕ ਪਦਾਰਥ ਪਾਏ ਜਾਂਦੇ ਨੇ ਮੀਟਰ ਕੁਝ ਦਿਨ ਪਹਿਲੇ ਜਿਹੜਾ ਹੈ 5 ਕਿਲੋ ਆਰਡਿਕਸ ਵੀ ਬਰਾਮਦ ਕੀਤਾ ਗਿਆ ਤੇ ਜ਼ਿੰਮੇਵਾਰੀ ਹੋਰ ਵੱਜ ਜਾਂਦੀ ਹੈ ਤਾਂ ਉਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿਉਂਕਿ ਇਸ ਤਰ੍ਹਾਂ ਦੀ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਮਾਨਜੋਗ ਡੀਸੀਪੀ ਸਾਹਿਬ ਸ੍ਰੀ ਭੰਡਾਲ ਸਾਹਿਬ ਜਿਨ੍ਹਾਂ ਨੂੰ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਆ ਦੋ ਦਿਨ ਪਹਿਲਾਂ ਇੱਕ ਸਰਚ ਅਭਿਆਨ ਚ ਲਾਇਆ ਸੀਗਾ ਕਾਨੂੰਪੁਰ ਕਾਲੇ ਤੇ ਆ ਜਿਹੜਾ ਏਰੀਆ ਸੀਗਾ ਤੇਜਾ ਸਿੰਘ ਵਾਲੀ ਗਲੀ ਇਹ ਸਾਰੇ ਏਰੀਆ ਚ ਜਿਹੜੇ ਬਾਹਰੋਂ ਆ ਕੇ ਇੱਥੇ ਵਸੇ ਹੋਏ ਲੋਕ ਨੇ ਇਹਨਾਂ ਦੇ ਘਰ ਘਰ ਦੀ ਪੱਤਾ ਪੱਤੇ ਦੀ ਤਲਾਸ਼ੀ ਕੀਤੀ ਗਈ ਕਿ ਕੋਈ ਇਹੋ ਜੀ ਕੋਈ ਘਟੜਾ ਨੂੰ ਕੋਈ ਇਲਜ਼ਾਮ ਨਾ ਦੇ ਸਕੇ ਫਿਰ ਵੀ ਆਪਣਾ ਹਰ ਸੰਭਵ ਇਹੋ ਹੀ ਹੈ ਕਿ ਕੋਈ ਵੀ ਜਿਹੜਾ ਆ ਗਲਤ ਹਰਕਤ ਨਾ ਹੋ ਸਕੇ ਬਿਲਕੁਲ ਇਸ ਢੰਗ ਦੇ ਨਾਲ ਤੁਹਾਡੇ ਵੱਲੋਂ ਮੁਸਤਿਆਦੀ ਦੇ ਨਾਲ ਜਿਹੜਾ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਜਿਹੜੇ ਸਰਚ ਅਭਿਆਨ ਚਲਾਏ ਜਾ ਰਹੇ ਨੇ ਤੇ ਪੁਲਿਸ ਦੀ ਤਫਰੀ ਵੀ ਵਧਾਈ ਗਈ ਹੈ ਤੇ ਕਿਸ ਢੰਗ ਦੇ ਨਾਲ ਹੋਰ ਜਾਂਚ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਨਫਰੀ ਪਹਿਲਾਂ ਵੀ ਸਾਡੇ ਕੋਲ ਅਵੇਲੇਬਲ ਸੀਗੀ ਹੁਣ ਸਾਡੇ ਕੋਲ ਹੁਣ ਕਾਫੀ ਨਫਰੀ ਦਿਨੇ ਵੀ ਤੇ ਔਰ ਰਾਤ ਵੀ ਸੀਆਰਪੀਐਫ ਦੀ ਫੋਰਸ ਜਿਹੜੀ ਹੈ ਨਾਕਿਆਂ ਤੇ ਆ ਰਹੀ ਹੈ ਹੁਣ ਇਸ ਤੋਂ ਇਲਾਵਾ ਵੀ ਸਾਡੇ ਕੋਲ ਜਿੱਦਾਂ ਸਾਡੇ ਏਰੀਏ ਦੇ ਵਿੱਚ ਹੀ ਹੋਰ ਕਨੂਪੁਰ ਕਾਲਾ ਬਾਬਾਦਰਸ਼ ਸਿੰਘ ਵਾਲਾ ਜਿੱਥੋਂ ਜਿੱਥੋਂ ਨਾ ਐਂਟ੍ਰੈਂਸ ਪੁਆਇੰਟ ਆ ਜਿੱਦਾਂ ਗੁਰਦੁਆਰਾ ਸਨਸਾਹ ਬੰਡਾਲੀ ਦੇ ਏਰੀਏ 'ਚ ਆ ਜਿੱਦਾਂ ਆਪਣਾ ਇਹ ਏਰੀਆ ਆ ਇਹ ਏਰੀਏ ਦੇ ਉੱਤੇ ਹੋਰ ਵੀ ਜਿਹੜੇ ਨਾਕੇ ਵਧਾਏ ਗਏ ਆ ਜਿਹੜਾ ਅੱਜ ਤੋਂ ਬਾਅਦ ਹੋਰ ਵੀ ਇਧੇ ਤੋਂ ਵੱਧ ਸਖਤੀ ਕੀਤੀ ਜਾਊਗੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਲਗਾਤਾਰ ਚੈਕਿੰਗ ਅਭਿਆਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਦੇਖਦੇ ਹੋਏ ਯਕੀਨੀ ਬਣਾਉਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਚੈਕਿੰਗ ਅਭਿਆਨ ਜਿਹੜੇ ਨੇ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਹਦਾਇਤਾਂ ਦੇ ਨਾਲ ਲਗਾਏ ਗਏ ਨੇ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਿਹੜੇ ਨੇ ਇਹ ਸਰਚ ਆਪਰੇਸ਼ਨ ਕਰਾਏ ਜਾ ਰਹੇ ਨੇ ਤਾਂਕਿ ਲੋਕ ਵੀ ਜਾਗਰੂਕ ਹੋਣ ਕਿਉਂਕਿ ਚੌਨ ਕਮਿਸ਼ਨ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਿਆਏ ਕੋਈ ਵੀ ਵਿਅਕਤੀ ਜਿਹੜਾ ਆਪਣੇ ਘਰ ਦੇ ਹੋਇਆ 50000 ਤੋਂ ਵੱਧ ਜਿਹੜਾ ਵਿਅਕਤੀ ਹੈ ਉਹ ਕੈਸ਼ ਨਹੀਂ ਲਿਜਾ ਸਕਦਾ ਤੇ ਜਿਹੜੇ ਦਸ਼ੀਲੇ ਪਦਾਰਥ ਨੇ ਸ਼ਰਾਬ ਆਦੀ ਹੋਰ ਜਿਹੜੇ ਨੇ ਉਹਨਾਂ ਨੂੰ ਲਿਜਾਣ ਤੇ ਮੁਕੰਮਲ ਤੌਰ ਤੇ ਪਾਬੰਦੀ ਹੈ ਤੇ ਪੁਲਿਸ ਅਧਿਕਾਰੀ ਜਾਂਚ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਚ ਫਿਰ ਤੁਹਾਨੂੰ ਇੱਕ ਵਾਰ ਦਿਖਾ ਰਿਹਾ ਕਿ ਕਿਸ ਢੰਗ ਦੇ ਨਾਲ ਇੱਕ ਇੱਕ ਡਿੱਕੀ ਇੱਕ ਇੱਕ ਗੱਡੀ ਦੀ ਜਿਹੜੀ ਤਲਾਸ਼ੀ ਹੈ ਪੁਲਿਸ ਅਧਿਕਾਰੀ ਲੈਂਦੇ ਹੋਏ ਨਜ਼ਰ ਆ ਰਹੇ ਨੇ ਹਰ ਇੱਕ ਵਾਹਨ ਦੀ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਵਿਅਕਤੀਆਂ ਨਾਲ ਪੁੱਛਗਿੱਛ ਕਰ ਰਹੇ ਨੇ ਪੁਲਿਸ ਅਧਿਕਾਰੀ ਇਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਜਿਹੜੀ ਜ਼ਿੰਮੇਵਾਰੀ ਬੰਦੀ ਹੈ ਲੋਕਾਂ ਦੀ ਜ ਲਗਾਏ ਗਏ ਨੇ ਤੇ ਇੱਕ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਜਿਹੜਾ ਹੈ ਇੰਡੀਆ ਗੇਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਪੁਲਿਸ ਅਧਿਕਾਰੀ ਸਪੈਸ਼ਲ ਨਾਕਾਬੰਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਐਂਟਰਸ ਪੁਆਇੰਟ ਹੈ ਤੇ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿਉਂਕਿ ਟਾਰੀ ਨੂੰ ਜਾਣ ਵਾਲਾ ਮੁੱਖ ਦੁਆਰ ਮੰਨਿਆ ਜਾਂਦਾ ਤੇ ਇੱਧਰ ਅੰਮ੍ਰਿਤਸਰ ਐਂਟਰ ਦੀ ਵੀ ਇੱਕ ਪੁਆਇੰਟ ਹੈ ਜਿਸ ਤੇ ਚੱਲਦੇ ਇੱਥੇ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਜਾਂਚ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦਾ ਜਿਹੜਾ ਦਸਤਾ ਹੈ ਉਹ ਇੱਥੇ ਤਹਿਨਾਤ ਕੀਤਾ ਗਿਆ ਨਾਲ ਹੀ ਸੀਆਰਪੀਐਫ ਵੀ ਜਿਹੜੀ ਇੱਥੇ ਲਗਾਈ ਗਈ ਆ ਤੇ ਪੰਜਾਬ ਦੇ ਵਿੱਚ 2022 ਦੀ ਵਿਧਾਨ ਸਭਾ ਨੂੰ ਜਿਹੜਾ ਹੈ ਅਮਨ ਆਮਾਨ ਦੇ ਨਾਲ ਮੁਕੰਮਲ ਕਰਵਾਇਆ ਜਾ ਸਕਿਆ ਕੈਮਰਾ ਪਰਸੋਨ ਅਮਨ ਮਾਲ ਦੇ ਨਾਲ ਜਜਵੀਰ ਸਿੰਘ ਇੰਡੀਆ ਨਿਊਜ਼ ਅੰਮ੍ਰਿਤਸਰ